ਹਾਂਜੀ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਪਿਛਲੇ ਇੱਕ ਹਫ਼ਤੇ ਦੀ ਆਟੋ ਨਿਊਜ਼ ਬਾਰੇ ਇਸ ਵਾਰੀ ਕਾਫੀ ਜ਼ਿਆਦਾ ਨਿਊਜ਼ ਹੈਗੀਆਂ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਤੇ ਸ਼ੁਰੂ ਆਪਾਂ ਕਰ ਲੈਨੇ ਕਿਆ ਤੋਂ ਦੋਸਤੋ ਕਿਆ 1000 ਚਾਰਜਿੰਗ ਪੁਆਇੰਟ ਲਾਉਣ ਜਾ ਰਹੀ ਆ ਇੰਡੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਚਾਰਜਿੰਗ ਸਟੇਸ਼ਨ ਹੋਣਗੇ ਜਿਹੜੀਆਂ ਕਿ EV ਕਾਰਾਂ ਨੂੰ ਚਾਰਜ ਕਰਨਗੇ ਕਿਆ ਆਉਂਦੇ ਸਮੇਂ ਦੇ ਵਿੱਚ ਆਪਣੀਆਂ ਨਵਾਂ EV ਕਾਰਾਂ ਲਾਂਚ ਕਰਨ ਜਾ ਰਹੀ ਐ ਜਿਹਦੇ ਕਰਕੇ ਉਹਨਾਂ ਨੂੰ ਸਭ ਤੋਂ ਵੱਡੀ ਜ਼ਰੂਰਤ ਜਿਹੜੀ ਉਹ ਚਾਰਜਰਾਂ ਦੀ ਸੀ ਕਿਉਂਕਿ ਜਦੋਂ ਵੀ ਕੋਈ ਬੰਦਾ EV ਕਾਰ ਖਰੀਦਦਾ ਉਹਦੇ ਮਨ 'ਚ ਪਹਿਲਾ ਸਵਾਲ ਇਹੋ ਹੀ ਹੁੰਦਾ ਹੈ ਕਿ ਮੈਂ ਚਾਰਜ ਕਿੱਥੇ ਕਰਾਂ ਇਸ ਕਰਕੇ ਕੀ ਆ ਇੱਕ ਬੜਾ ਵੱਡਾ ਕੰਮ ਕਰਨ ਜਾ ਰਹੀ ਹੈ EV ਕਾਰਾਂ ਲਈ ਅਗਲੀ ਗੱਲ ਕਰ ਲਈਏ ਤੇ ਦੋਸਤੋ ਸੋਨਟ ਦਾ ਫੇਸ ਲਿਫਟ ਆ ਰਿਹਾ ਹੁਣ ਫੇਸ ਲਿਫਟ ਆ ਰਿਹਾ ਬਹੁਤ ਜਲਦੀ ਲਾਂਚ ਹੋ ਜਾਊਗਾ ਫੋਟੋਆਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਪੈ ਚੁੱਕੀਆਂ ਨੇ ਮੈਂ ਵੀ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਇਹਦੇ ਵਿੱਚ ਪਹਿਲਾਂ ਕਿਹਾ ਜਾ ਰਿਹਾ ਹੈਗਾ ਕਿ ਅਡਾਸ ਲੈਵਲ 2 ਆਊਗਾ ਪਰ ਹੁਣ ਅਡਾਸ ਲੈਵਲ 1 ਹੀ ਆਉਣਾ ਇਹਦੇ ਵਿੱਚ ਤੇ ਇਹਦਾ ਇੰਟੀਰੀਅਰ ਐਕਸਟੀਰੀਅਰ ਸਾਰਾ ਕੁਛ ਚੇਂਜ ਹੋਣ ਜਾ ਰਿਹਾ ਫਿਲਹਾਲ ਦੀ ਇਨਫੋਰਮੇਸ਼ਨ ਤੱਕ ਇੰਜਨ ਆਪਸ਼ਨਾਂ ਜਿਹੜੀਆਂ ਕੋਈ ਹੋਰ ਚੇਂजेस ਨਹੀਂ ਹੋਣਗੇ ਪੈਟਰੋਲ ਡੀਜ਼ਲ ਦੇ ਵਿੱਚ ਰਹੂਗੀ ਪੈਟਰੋਲ ਇੱਕ ਇੰਜਨ ਸ਼ਾਇਦ ਇਹਦੇ ਵਿੱਚ ਹੋਰ ਐਡ ਹੋ ਜੇ ਬਾਕੀ ਡੀਜ਼ਲ ਇੰਜਨ ਜਿਹੜਾ ਉਹ ਉਹੀ ਰਹੂਗਾ ਅਗਲੀ ਗੱਲ ਕਰ ਲਈਏ ਤੇ ਟਾਟਾ ਸਾਇਰਾ ਤੁਸੀਂ ਸਾਰੇ ਜਾਣਦੇ ਹੋ ਗੱਡੀ ਨੂੰ ਜਿਹੜੀ ਮੇਰੀ ਉਮਰ ਦੇ ਲੋਕ ਨੇ ਉਹਨਾਂ ਨੂੰ ਪਤਾ ਸਾਇਰਾ ਬੰਦ ਹੋ ਗਈ ਕਿਉਂਕਿ ਇਹਦੀ ਸੇਲ ਕੋਈ ਬਹੁਤੀ ਵਧੀਆ ਨਹੀਂ ਰਹੀ ਹੁਣ ਸਾਇਰਾ ਜਿਹੜੀ ਆ ਉਹ ਦੁਬਾਰਾ ਲਾਂਚ ਹੋਣ ਜਾ ਰਹੀ ਆ ਜਿਹਦਾ ਕੀ ਪੇਟੈਂਟ ਜਿਹੜਾ ਉਹ ਟਾਟਾ ਨੇ ਰਜਿਸਟਰਡ ਕਰਾ ਦਿੱਤਾ ਜਿਹੜਾ ਤਾਂ ਮਾਡਲ ਤਿਆਰ ਕਰਕੇ ਤੇ ਗਵਰਨਮੈਂਟ ਨੂੰ ਪੇਟੈਂਟ ਕਰਾ ਲਿਆ ਆਪਣਾ ਮਾਡਲ ਤੇ ਇਹਦੇ ਨਾਲ ਨਾਲ ਹੁਣ ਫਿਰ ਬਹੁਤ ਜਲਦੀ ਚਾਂਸ ਆ ਕਿ ਜਿਹੜੀ ਸਾਇਰਾ ਜਿਹੜੀ ਐ ਇੰਡੀਆ ਦੀਆਂ ਸੜਕਾਂ ਦੇ ਜਲਦੀ ਤੋੜੂਗੀ ਤੇ EV ਦੇ ਵਿੱਚ ਸਭ ਤੋਂ ਪਹਿਲਾਂ ਆਉਣ ਦੀ ਦੀ ਸੰਭਾਵਨਾ ਤੋਂ ਜਿਹੜੀ Swift ਦੀ ਆਪਾਂ ਗੱਲ ਕਰਦੇ ਸੀ ਕਿ Swift ਆਉਣ ਵਾਲੀ ਜਿਹੜੀ 35 ਤੋਂ 40 ਦੀ ਮਾਈਲੇਜ ਦੇਊਗੀ ਤੇ ਇੰਡੀਆ ਦੇ ਵਿੱਚ ਤੇ ਹਜੇ ਲਾਂਚ ਨਹੀਂ ਕੀਤੀ ਤੇ ਪਰ ਜਪਾਨ ਦੇ ਵਿੱਚ ਇਹਨਾਂ ਨੇ ਲਾਂਚ ਕਰ ਦਿੱਤੀ ਹੈ 1.2 ਮਾਈਲਡ ਹਾਈਬ੍ਰਿਡ ਪੈਟਰੋਲ ਇੰਜਨ ਦੇ ਨਾਲ ਲਾਂਚ ਕੀਤੀ ਹੈ ਜਿਹੜੀ ਕਿ ਸੀਵੀਟੀ ਔਰ 4-ਵੀਲ ਡਰਾਈਵ ਦੇ ਵਿੱਚ ਆਊਗੀ 3 ਸਿਲੰਡਰ ਇੰਜਨ ਆਊਗਾ ਪਹਿਲਾਂ ਹੁਣ ਫਿਲਹਾਲ 4 ਸਿਲੰਡਰ ਇੰਜਨ ਦੇ ਨਾਲ ਮਿਲਦੀ ਹੈ ਅੱਗੇ ਜਾ ਕੇ 3 ਆਊਗਾ ਇੱਚ ਖਾਸ ਗੱਲ ਜਿਹੜੀ ਦੱਸਣ ਵਾਲੀ ਆ ਕਿ ਇੱਥੇ ਸਾਰੇ ਪਾਸੇ ਰੌਲਾ ਪੈ ਗਿਆ ਹੈਗਾ ਕਿ Swift ਜਿਹੜੀ ਨਵੀਂ ਆ ਰਹੀ ਹੈ ਉਹ 35 ਤੋਂ 40 ਦੀ ਮਾਈਲੇਜ ਦੇਊਗੀ ਪਰ ਜਿਹੜੀ ਜਪਾਨ ਦੇ ਵਿੱਚ ਇਹਨਾਂ ਨੇ ਲਾਂਚ ਕੀਤੀ ਆ ਲੁੱਕ ਤੇ ਉਹੀ ਆ ਜਿਹੜੀ ਫੋਟੋਆਂ ਵਾਇਰਲ ਹੋਈਆਂ ਹੈਗੀਆਂ ਪਰ ਜਿਹੜੀ ਮਾਈਲੇਜ ਦੀ ਗੱਲ ਕਰ ਲਈਏ ਤੇ ਜਪਾਨ 'ਚ ਇਹਨਾਂ ਨੇ 23.4 ਕਐਮਪੀਐਲ ਨਾਰਮਲ ਮਾਈਲੇਜ ਔਰ ਹਾਈਬ੍ਰਿਡ ਦੇ ਵਿੱਚ ਮਾਈਲਡ ਹਾਈਬ੍ਰਿਡ ਦੇ ਵਿੱਚ ਤਕਰੀਬਨ 25 ਦੀ ਮਾਈਲੇਜ ਦੱਸ ਰਿਹਾ ਇਸ ਕਰਕੇ ਹੋ ਸਕਦਾ ਹੈ ਕਿ ਉਹੀ ਇੰਜਨ ਆਪਸ਼ਨਾਂ ਦੇ ਨਾਲ ਇੰਡੀਆ ਦੇ ਵਿੱਚ ਲਾਂਚ ਹੋਏ ਜਿਹੜੀ ਆਪਾਂ ਆਸਲ ਆ ਰਹੇ ਹੈਗੇ ਕਿ ਮਾਈਲੇਜ ਬਹੁਤ ਜ਼ਿਆਦਾ ਹੋਏਗੀ ਸਟਰੋਂਗ ਹਾਈਬ੍ਰਿਡ ਦੇ ਨਾਲ ਉਹ ਫਿਲਹਾਲ ਇਹਨਾਂ ਨੇ ਸਟਰੋਂਗ ਹਾਈਬ੍ਰਿਡ ਜਿਹੜਾ ਉਹ ਨਹੀਂ ਲਾਂਚ ਕੀਤਾ ਇਹਦਾ ਕਈ ਕਾਰਨ ਹੋ ਸਕਦਾ ਕਿ ਸਟਰੋਂਗ ਹਾਈਬ੍ਰਿਡ ਇੰਜਨ ਜਦੋਂ ਲਾਂਚ ਕਰਦੀ ਹੈ ਕੋਈ ਵੀ ਕੰਪਨੀ ਤਾਂ ਉਹਦੀ ਕਾਸਟ ਜਿਹੜੀ ਹੈ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਿਸ ਦੇ ਨਾਲ ਸੇਲ ਬਹੁਤ ਜ਼ਿਆਦਾ ਘਟ ਹੁੰਦੀ ਹੈ ਅਗਲੀ ਗੱਲ ਕਰ ਲਈਏ ਤੇ ਕੁਝ ਕਾਰਾਂ ਜਿਹੜੀਆਂ 2024 ਦੇ ਵਿੱਚ ਲਾਂਚ ਹੋਣ ਜਾ ਰਹੀਆਂ 2023 ਦੇ ਵਿੱਚ ਵੀ ਬੜੀਆਂ ਕਾਰਾਂ ਲਾਂਚ ਹੋਈਆਂ ਸੀ ਕਾਫੀ ਕਾਰਾਂ ਸਕਸੈਸਫੁਲ ਰਹੀਆਂ ਨੇ 24 ਦੇ ਵਿੱਚ ਕਰ ਵਾਰੀ ਹੈ ਈਵੀ ਦੇ ਵਿੱਚ ਪਹਿਲਾਂ ਆਊਗੀ ਪੈਟਰੋਲ ਡੀਜ਼ਲ ਦੇ ਵਿੱਚ ਉਹ ਤੋਂ ਬਾਅਦ ਆਊਗੀ ਹੈਰੀਅਰ ਈਵੀ ਦੇ ਵਿੱਚ ਲਾਂਚ ਹੋਣ ਜਾ ਰਹੀ ਹੈ 24 ਦੇ ਵਿੱਚ ਸਫਾਰੀ ਵੀ ਈਵੀ ਦੇ ਵਿੱਚ ਆਊਗੀ ਮਰੂਤੀ ਉਥੋਂ EVX ਲਾਂਚ ਕਰਨ ਜਾ ਰਹੀ ਹੈ। ਮਹਿੰਦਰਾ ਦੀਆਂ ਦੋ ਨਵੀਆਂ EV ਕਾਰਾਂ 2024 ਦੇ ਵਿੱਚ ਆ ਰਹੀਆਂ। ਜਿਹੜੀ Creta ਦੇ ਫੇਸ ਲਿਫਟ ਦੀ ਗੱਲ ਆ ਉਹ 16 ਜਨਵਰੀ ਦੇ ਆਸ-ਪਾਸ ਲਾਂਚ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੈਗੀ ਹੈ ਜਿਹਦੇ ਵਿੱਚ ਕੁਝ-ਕੁਝ ਚੀਜ਼ਾਂ ਜਿਦਾ 10.2 ਇੰਚ ਡਿਊਲ ਸਕਰੀਨ ਸੈਟਅਪ ਇਹਦੇ ਵਿੱਚ ਮਿਲ ਜਾਊਗਾ। ਇਨਸਟਰੂਮੈਂਟ ਕਲੱਸਟਰ ਤੇ ਨਾਲ ਹੀ ਸਪੀਡੋਮੀਟਰ ਵਗੈਰਾ ਜਿਹੜੇ ਮਿਊਜ਼ਿਕ ਸਿਸਟਮ ਵਗੈਰਾ ਉਹਦੇ ਚਾਊਗਾ। ਪ੍ਰਾਈਸ ਵਧਣ ਦੇ ਪੂਰੇ-ਪੂਰੇ ਚਾਂਸਸ ਹੈਗੇ ਆ Creta ਪਹਿਲਾਂ ਹੀ ਸੇਲ ਵਧੀਆ ਆਦੀ ਹੁੰਦੀ ਹੈ ਤੇ ਜਦੋਂ ਨਵਾਂ ਫੇਸ ਲਿਫਟ ਆਊਗਾ ਤੇ ਉਹਦੇ ਪ੍ਰਾਈਸ ਜ਼ਰੂਰ ਵਧਣਗੇ ਜ਼ਿਆਦਾਤਰ ਕੰਪਨੀਆਂ ਫੇਸ ਲਿਫਟ ਲਾਂਚ ਹੀ ਇਸੇ ਕਰਕੇ ਕਰਦੀਆਂ ਕਿ ਗੱਡੀ ਦਾ ਰੇਟ ਵਧਾ ਸਕਣ ਅਗਲੀ ਵੱਡੀ ਨਿਊਜ਼ ਆ ਕਿ ਡੀਜ਼ਲ ਨੂੰ ਲੈ ਕੇ ਕਾਫੀ ਜ਼ਿਆਦਾ ਖਬਰਾਂ ਫੈਲਦੀਆਂ ਨੇ ਵੀ ਆ ਕੁਝ ਕੁ ਸਰਕਾਰ ਜਾਣ ਕੇ ਵੀ ਫਲਾਉਂਦੀ ਆ ਗੱਲ ਚੱਲ ਰਹੀ ਹੈ ਕਿ ਡੀਜ਼ਲ ਦੇ ਉੱਤੇ 10% ਐਕਸਟਰਾ ਟੈਕਸ ਲੱਗ ਸਕਦਾ ਸੋ ਇਸ ਸਟੈਪ ਤੋਂ ਸਰਕਾਰ ਪਿੱਛੇ ਮੁੜ ਗਈ ਆ ਸਰਕਾਰ ਨੇ ਕਿਹਾ ਕਿ ਆਪਾਂ ਕੋਈ ਵੀ ਡੀਜ਼ਲ ਤੇ ਐਕਸਟਰਾ ਟੈਕਸ ਨਹੀਂ ਲਾਉਣਾ ਕਿਉਂਕਿ ਇਹਦੇ ਨਾਲ ਕਿਸਾਨਾਂ ਨੂੰ ਔਰ ਟਰਾਂਸਪੋਰਟ ਨੂੰ ਬਹੁਤ ਵੱਡੀ ਮਾਰ ਪੈਂਦੀ ਆ ਸਾਰਾ ਜ਼ਿੰਮੇਵਾਰਾਂ ਦਾ ਸਿਸਟਮ ਜਿਹੜਾ ਉਹ ਟਰੈਕਟਰ ਦੇ ਔਰ ਡੀਜ਼ਲ ਦੇ ਸੰਧਾ ਦੇ ਨਾਲ ਚੱਲਦਾ ਜਿਹਦੇ ਕਰਕੇ ਅੱਗੇ ਜਾ ਕੇ ਹਰ ਚੀਜ਼ ਦੇ ਵਿੱਚ ਮੰਗਾਈ ਹੋ ਸਕਦੀ ਆ ਟਰਾਂਸਪੋਰਟੇਸ਼ਨ ਡੀਜ਼ਲ ਦੇ ਨਾਲ ਚੱਲਦੀ ਆ ਇਸ ਕਰਕੇ ਇਹ 10% ਜਿਹੜਾ ਐਕਸਟਰਾ ਗਵਰਨਮੈਂਟ ਕਹਿ ਰਹੀ ਉਹ ਨਿਤਨ ਗਟਕਰੀ ਨੇ ਕਿਹਾ ਕਿ ਆਪਾਂ ਰੇਟ ਉਹਦਾ ਡੀਜ਼ਲ ਦਾ ਨਹੀਂ ਚੱਕਾਂਗੇ ਨਾਰਮਲ ਜੋ ਟੈਕਸ ਚੱਲ ਰਿਹਾ ਉਹੀ ਉਹਦੇ ਤੇ ਰੌਗਾ Tata Motors ਨੇ BPCL ਦੇ ਨਾਲ ਹੱਥ ਮਿਲਾਇਆ ਦੋਨਾਂ ਨੇ ਆਪਸੀ ਸਮਝੌਤਾ ਕੀਤਾ ਸਮਝੌਤੇ ਦੇ ਵਿੱਚ ਤੈਅ ਕੀਤਾ ਕਿ 7000 ਨਵੇਂ ਚਾਰਜਿੰਗ ਸਟੇਸ਼ਨ ਜਿਹੜੇ ਆ ਉਹ BPCL ਆਪਣੇ ਪੈਟਰੋਲ ਪੰਪਾਂ ਦੇ ਉੱਤੇ ਲਾਊਗੀ ਜਿਹਦੇ ਨਾਲ Tata ਨੂੰ ਕਾਫੀ ਜ਼ਿਆਦਾ ਆਸਾਨੀ ਹੋ ਜੂਗੀ ਆਪਣੀਆਂ ਗੱਡੀਆਂ ਵੇਚਣ 'ਚ ਕਿਉਂਕਿ 1000 ਚਾਰਜਿੰਗ ਪੁਆਇੰਟ ਲਾ ਰਹੀ ਹੈ ਕੀ ਆ 7000 ਲਾ ਰਹੀ ਹੈ Tata ਤੇ ਜਿਹਦੇ ਨਾਲ ਸਾਡੇ ਸਾਰੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਮਾਤਰਾ 'ਚ ਚਾਰਜਿੰਗ ਸਟੇਸ਼ਨ ਹੋ ਜਾਣੇ ਆ ਇਹਦੇ ਨਾਲ ਨਾਲ ਲੂਮਿਨਸ ਵਗੈਰਾ ਕੰਪਨੀਆਂ ਜਿਹੜੀਆਂ ਉਹ ਵੀ ਚਾਰਜਿੰਗ ਸਟੇਸ਼ਨ ਆਪਣੇ ਲਾ ਰਹੀਆਂ ਚੰਡੀਗੜ੍ਹ ਦੇ ਵਿੱਚ ਲੂਮਿਨਸ ਦੇ ਕਾਫੀ ਜ਼ਿਆਦਾ ਚਾਰਜਰ ਪੁਆਇੰਟ ਲੱਗੇ ਆ 2024 ਦੇ ਵਿੱਚ ਕਾਫੀ ਕੰਪਨੀਆਂ ਦੇ ਰੇਟ ਵਧਣ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਹੈ ਜਿਹਦੇ ਵਿੱਚ ਮਾਰੂਤੀ ਸੁਜ਼ੂਕੀ ਦੇ ਰੇਟ ਵਧਨੇ ਆ ਪੂਰੇ 10-12 ਤਰੀਕ ਤੇ ਲੱਗ ਜਾ ਕੇ ਵਧ ਜਣੇ ਆ ਜੇ ਤੁਸੀਂ ਗੱਡੀ ਖਰੀਦਣਾ ਚਾਹੁੰਦੇ ਹੋ ਤਾਂ ਹੁਣੇ ਦਸੰਬਰ ਦੇ ਵਿੱਚ ਖਰੀਦ ਲਓ ਤੁਹਾਨੂੰ ਆਫਰ ਵੀ ਮਿਲ ਜਾਣਗੇ ਆਡੀ ਨੇ ਕਹਿਤਾ ਸੀ 2% ਰੇਟ ਚੱਕ ਰਿਹਾ ਸਾਰੀਆਂ ਗੱਡੀਆਂ ਤੇ ਮਹਿੰਦਰਾ ਵੀ ਜਨਵਰੀ ਦੇ ਵਿੱਚ ਰੇਟ ਵ ਟਾਟਾ, ਐਮਜੀ, ਹੋਂਡਾ ਇਹ ਸਾਰੀਆਂ ਕੰਪਨੀਆਂ ਰੇਟ ਵਧਾਉਣ ਜਾ ਰਹੀਆਂ ਨੇ। ਹੁਣ ਜੇ ਤੁਸੀਂ ਗੱਡੀ ਖਰੀਦਣਾ ਚਾਹੁੰਦੇ ਹੋ ਇਹਨਾਂ ਚੋਂ ਕਿਸੇ ਵੀ ਬ੍ਰਾਂਡ ਦੀ, ਹਰੇਕ ਬ੍ਰਾਂਡ ਦੀ ਆਦਤ ਹੁੰਦੀ ਹੈ ਕਿ ਉਹਨਾਂ ਨੇ ਜਨਵਰੀ ਜਦੋਂ 10 15 ਤਰੀਕ ਦੇ ਲਾਗੇ ਜਗੇ ਸਾਰੀਆਂ ਹੀ ਕਾਰ ਕੰਪਨੀਆਂ ਆਲਮੋਸਟ ਸਾਰੀਆਂ ਕਾਰ ਕੰਪਨੀਆਂ ਜਿਹੜੇ ਆਪਣੇ ਰੇਟ ਦੇ ਵਿੱਚ ਵਾਅਦਾ ਕਰਦੀਆਂ ਹੀ ਕਰਦੀਆਂ ਨੇ। ਉਦੋਂ ਬਾਅਦ ਦੋਸਤੋ ਮਰੂਤੀ ਸੰਯੁਕੀ ਈਵੀ ਕਾਰਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾਤ ਆ ਨਵੀਆਂ ਈਵੀ ਕਾਰਾਂ। ਇਹਨਾਂ ਲਈ ਲਾਂਚ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਟਾਟਾ ਬਹੁਤ ਜ਼ਿਆਦਾ ਕੰਪੀਟੀਸ਼ਨ ਦੇ ਰਹੀ ਹੈ ਅਮਰੂਤੀ ਸੰਯੁਕੀ ਨੂੰ ਈਵੀ ਕਾਰਾਂ ਦੇ ਮਾਮਲੇ 'ਚ ਹੋਰ ਵੀ ਕੰਪਨੀਆਂ ਜਿਹੜੀਆਂ ਈਵੀ ਕਾਰਾਂ 'ਚ ਅੱਗੇ ਆ ਰਹੀਆਂ ਨੇ ਉੱਥੇ ਅਮਰੂਤੀ ਸੰਯੁਕੀ ਇਹਦੇ ਵਿੱਚ ਬਹੁਤ ਜ਼ਿਆਦਾ ਪਿੱਛੇ ਰਹਿ ਗਈ ਹੈ ਇਸੇ ਕਰਕੇ ਗੁਜਰਾਤ ਦੇ ਵਿੱਚ ਇੱਕ ਨਵਾਂ ਈਵੀ ਪਲਾਂਟ ਲਾਉਣ ਜਾ ਰਹੀ ਹੈ ਅਮਰੂਤੀ ਸੰਯੁਕੀ ਜਿਹਦੇ ਵਿੱਚ ਸਿਰਫ ਔਰ ਸਿਰਫ ਈਵੀ ਕਾਰਾਂ ਹੀ ਬਣਾਇਆ ਕਰਨਗੀਆਂ ਔਰ ਇੰਡੀਆ 'ਚੋਂ ਬਣ ਕੇ ਬਾਹਰਲੇ ਦੇਸ਼ਾਂ 'ਚ ਜਾਇਆ ਕਰਨਗੀਆਂ 2025 ਦੇ ਵਿੱਚ ਇਹ ਪਲਾਂਟ ਜਿਹੜਾ ਉਹ ਤਿਆਰ ਕਰ ਦਿੱਤਾ ਜਾਊਗਾ ਕੰਪਨੀ ਦਾ ਇਹ ਗੱਲ ਕਹਿਣਾ ਵਾ ਤੇ ਬਾਕੀ ਜਿਹੜੀ EVX ਲਾਂਚ ਹੋਣ ਜਾ ਰਹੀ ਹੈ ਕਹਿ ਰਹੇ ਕਿ ਉਹ ਵੀ ਉੱਥੇ ਬਣੂਗੀ ਇੱਕ ਪਾਸੋਂ ਕੰਪਨੀ ਕਹਿੰਦੀ ਹੈ ਕਿ ਆਪਾਂ ਬਹੁਤ ਜਲਦੀ ਲਾਂਚ ਕਰ ਦਾਂਗੇ ਦੂਜਾ ਨਵਾਂ ਪਲਾਂਟ ਲਾ ਕੇ ਲਾਂਚ ਕਰਨੀ ਗੱਡੀ ਮੈਨੂੰ ਲੱਗਦਾ ਕਿ ਉਹ ਚ ਕਾਫੀ ਜ਼ਿਆਦਾ ਟਾਈਮ ਲੱਗ ਜਾਊਗਾ EVX ਦੀ ਜੇ ਕੀਮਤ ਦੀ ਗੱਲ ਕਰ ਲਈਏ ਤਾਂ ਤਕਰੀਬਨ 15 ਤੋਂ 20 ਲੱਖ ਰੁਪਏ ਐਸਟੀਮੇਟ ਆਪਾਂ ਮੰਨ ਸਕਦੇ ਹਾਂ ਇੰਨੀ ਕੁ ਹੋਊਗੀ ਥਾਰ 5 ਡੋਰ ਨੇ ਬਹੁਤ ਜ਼ਿਆਦਾ ਗਦੀ ਘੇੜ ਚ ਪਾਇਆ ਲੋਕਾਂ ਨੂੰ ਮਹਿੰਦਰਾ ਸ਼ੋਸ਼ਾ ਛੱਡਦੀ ਰਹਿੰਦੀ ਹੈ ਕਿ ਬਸ ਲਾਂਚ ਕਰਨ ਵਾਲਿਆਂ ਕਰਨ ਵਾਲਿਆਂ ਕਰਨ ਵਾਲਿਆਂ ਹੁਣ ਆਸ ਵੱਜੀ ਹੈ ਕਿ ਜਨਵਰੀ ਦੇ ਵਿੱਚ ਮਹਿੰਦਰਾ ਥਾਰ 5 ਡੋਰ ਜਿਹੜੀ ਆ ਲਾਂਚ ਹੋ ਜੂਗੀ ਇਹ ਪੂਰੀ ਪ੍ਰੈਕਟੀਕਲ ਕਾਰ ਹੋਊਗੀ ਇਹਦੇ ਤੇ ਜ਼ਿਆਦਾ ਫੋਕਸ ਇਹਨੂੰ ਆਫ ਰੋਡਰ ਕਾਰ ਬਣਾਉਣ ਤੇ ਨਹੀਂ ਲਾਇਆ ਗਿਆ ਡਿਊਲ ਟੋਨ ਇੰਟੀਰੀਅਰ ਦੇ ਨਾਲ ਆਊਗੀ ਸਨਰੂਫ ਵੀ ਆਊਗਾ 4x4 4x2 ਪੈਟਰੋਲ ਡੀਜ਼ਲ ਆਟੋਮੈਟਿਕ ਮੈਨੂਅਲ ਹਰ ਚੀਜ਼ ਦੇ ਵਿੱਚ ਇਹ ਗੱਡੀ ਤੁਹਾਨੂੰ ਮਿਲੇਗੀ ਪੂਰੀ ਪ੍ਰੈਕਟੀਕਲ ਕਾਰ ਹੋਣ ਜਾ ਰਹੀ ਹੈ ਜਨਵਰੀ ਦੇ ਵਿੱਚ ਲਾਂਚ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਹੈ ਅੱਗੇ ਗੱਲ ਕਰ ਲਈਏ ਦੋਸਤੋ ਤੇ Honda Elevate ਦੀ ਸੇਲ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੋ ਰਹੀ ਆ ਇੰਨੀ ਸਾਨੂੰ ਵੀ ਆਸ ਨਹੀਂ ਕਿ Elevate ਦੀ ਸੇਲ ਇੰਨੀ ਵਧੀਆ ਹੋਏਗੀ ਫਿਰ ਵੀ ਸੇਲ ਬਹੁਤ ਜ਼ਿਆਦਾ ਵਧੀਆ ਹੋ ਰਹੀ ਆ ਤੇ ਆਉਂਦੇ ਕੁਝ ਸਮੇਂ ਦੇ ਅੰਦਰ 50 ਹਜ਼ਾਰ ਗੱਡੀਆਂ ਜਿਹੜੀਆਂ ਉਹ Honda Elevate ਜਿਹੜੀਆਂ WRV ਦੇ ਨਾਂ ਤੇ ਬਾਕੀ ਕੰਟਰੀਆਂ ਦੇ ਵਿੱਚ ਇੰਡੀਆ ਤੋਂ ਬਣ ਕੇ ਜਾਣਗੀਆਂ ਕਿਉਂਕਿ ਕਾਫੀ ਕੰਟਰੀਆਂ ਦੇ ਵਿੱਚ ਜਿਹੜੀ Elevate ਆ ਉਹਦਾ ਨਾਮ WRV ਰੱਖਿਆ ਗਿਆ Honda ਵੱਲੋਂ ਇਸ ਕਰਕੇ ਇੰਡੀਆ ਤੋਂ ਬਣ ਕੇ WRV ਜਿਹੜੀ ਆ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾਊਗੀ ਤਕਰੀਬਨ ਸਾਲ ਦੀਆਂ 50000 ਗੱਡੀਆਂ ਇੰਡੀਆ ਚੋਂ ਬਣ ਕੇ ਜਾਇਆ ਕਰਨਗੀਆਂ ਕੁਝ ਕੁ ਕੰਟਰੀਆਂ ਦੇ ਵਿੱਚ ਅੱਗੇ ਗੱਲ ਕਰ ਲਈਏ ਡਿਸਕਾਊਂਟ ਦੀ ਤੇ ਦੋਸਤੋ সাফਾਰੀ ਔਰ ਹੈਰੀਅਰ ਦਾ ਕੁਝ ਕੁ ਸਟਾਕ ਡੀਲਰਾਂ ਦੇ ਕੋਲ ਪਿਆ ਵਾ ਤੇ ਉਹਨਾਂ ਦੇ ਉੱਤੇ 1.5 ਲੱਖ ਤੋਂ ਲੈ ਕੇ 1.80 ਲੱਖ ਰੁਪਏ ਦਾ ਟਾਟਾ ਡਿਸਕਾਊਂਟ ਦੇ ਰਹੀ ਹੈ ਜੇ ਤੁਸੀਂ ਹੈਰੀਅਰ ਔਰ সাফਾਰੀ ਪੁਰਾਣੀ ਸ਼ੇਪ ਦੇ ਵਿੱਚ ਖਰੀਦਣਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਬਹੁਤ ਵਧੀਆ ਡਿਸਕਾਊਂਟ ਹੈ 1.5 ਲੱਖ ਤੋਂ ਲੈ ਕੇ 1.80 ਲੱਖ ਰੁਪਏ ਵਧੀਆ ਅਮਾਉਂਟ ਹੈਗੀ ਹੈ ਤੁਸੀਂ ਫਾਇਦਾ ਲੈ ਸਕਦੇ ਹੋ ਤੇ ਟਿਗੋਰ ਤੇ ਵੀ 65000 ਰੁਪਏ ਦਾ ਡਿਸਕਾਊਂਟ ਦੇ ਰਹੀ ਹੈ ਟਾਟਾ ਅਲਟਰੋਸ ਤੇ 45000 ਰੁਪਏ ਦਾ ਡਿਸਕਾਊਂਟ ਦੇ ਰਹੀ ਆ ਸੋ ਦੋਸਤੋ ਇਹ ਸੀਗੀ ਪੂਰੀ ਆਟੋ ਨਿਊਜ਼ ਪਿਛਲੇ ਇੱਕ ਹਫਤੇ ਦੀ ਮਿਲਦੇ ਆ ਜੀ ਫੇਰ ਨਵੀਂ ਵੀਡੀਓ ਦੇ ਨਾਲ ਧੰਨਵਾਦ